ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਜਮਹੂਰੀ ਕਿਸਾਨ ਸਭਾ ਨੇ ਇੱਕ ਮੀਟਿੰਗ ਦੌਰਾਨ ਆਪਣੀਆਂ ਫਸਲਾਂ ਦੀ ਅਦਾਇਗੀ ਨਾ ਹੁੰਦੀ ਦੇਖ ਫਗਵਾੜਾ 10 ਅਕਤੂਬਰ ਨੂੰ ਸਰਕਾਰ ਦੇ ਖਿਲਾਫ ਧਰਨਾ ਦੇਣ ਲਈ ਕਿਹਾ ਸੀ। ਕੱਲ ਸ਼ਾਮ ਇੱਕ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਫਗਵਾੜਾ ਗੰਨਾ ਮਿੱਲ ਵਾਲਿਆਂ ਨੇ ਪਿਛਲੇ ਗੰਨੇ ਦੀ ਰਹਿੰਦੀ ਸਾਰੀ ਰਕਮ ਅਕਤੂਬਰ ਅਤੇ ਮਾਰਚ ਮਹੀਨੇ ਵਿੱਚ ਦੇਣ ਦਾ ਭਰੋਸਾ ਦਿੱਤਾ ਹੈ। ਇਸ ਲਈ ਉਨ੍ਹਾਂ ਵੱਲੋਂ 10 ਤਰੀਕ ਵਾਲਾ ਧਰਨਾ ਪ੍ਰਦਰਸ਼ਨ ਕੈਂਸਲ ਕਰ ਦਿੱਤਾ ਗਿਆ ਹੈ ਤੇ ਕਿਸਾਨ ਵੀਰ ਇਸ ਵੱਲ ਧਿਆਨ ਦੇ ਕੇ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਿਲਹਾਲ ਤੋਂ ਪ੍ਰਭਾਵ ਦੀ ਰਿਪੋਰਟ। ਜਿਹੜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ 10 ਤਰੀਕ ਨੂੰ ਫਗਵਾੜਾ ਇੱਕ ਧਰਨਾ ਰੱਖਿਆ ਗਿਆ ਸੀਗਾ, ਉਹ ਅੱਜ ਸਾਡੀ ਜਿਹੜੀ ਮਿੱਲ ਪ੍ਰਸ਼ਾਸਨ ਆ ਸਾਡੀ ਮੀਟਿੰਗ ਦੇ ਵਿੱਚ ਉਹਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਜਿਹੜੀ ਇੱਕ ਅਕਤੂਬਰ ਮਹੀਨੇ ਦੇ ਵਿੱਚ 15 ਮਾਰਚ ਤੱਕ ਅਸੀਂ ਪੇਮੈਂਟ ਪਾ ਦਾਂਗੇ। ਉਹਨਾਂ ਦੇ ਵਿਸ਼ਵਾਸ ਦਿਵਾਉਣ 'ਤੇ ਜਿਹੜੀ ਉਹ ਧਰਨਾ ਅਸੀਂ 10 ਤਰੀਕ ਦਾ ਆ ਉਹਨੂੰ ਅਸੀਂ ਅੱਗੇ ਮੁਲਤਵੀ ਕਰਦੇ ਹਾਂ। ਅਗਰ ਉਹਨੇ ਉਹ ਨਹੀਂ ਸਾਡੇ 'ਤੇ ਖੜੇ ਉਤਰੇ ਤਾਂ ਅਸੀਂ ਇਹਨੂੰ ਦੁਬਾਰਾ ਫਿਰ ਅਸੀਂ ਡੇਟ ਅਨਾਊਂਸ ਕਰਾਂਗੇ। ਦੂਜੇ ਪਾਸੇ ਜਿਹੜੀ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ ਵੀ ਜਿਹੜੀ ਉਹਨਾਂ ਦੀ ਖੰਡ ਦਾ ਕੋਟਾ ਖੋਲ੍ਹਿਆ ਜਾਵੇ ਮਿੱਲ ਦਾ, ਔਰ ਜਿਹੜੀ ਗੰਨੇ ਦੀ ਅਗਲੀ ਫਸਲ ਆ ਉਹਦੇ ਲਈ ਮਿੱਲ ਵਾਲਿਆਂ ਨਾਲ ਅਤੇ ਦਬਾਅ ਬਣਾ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਡੇ ਐਗਰੀਮੈਂਟ ਕਰਾਏ ਜਾਣ, ਜਿਹੜੇ ਕਿ ਹਾਲੇ ਤੱਕ ਸਾਡੇ ਐਗਰੀਮੈਂਟ ਨਹੀਂ ਹੋਏ ਗੰਨੇ ਦੇ। ਜੇ ਅਗਰ ਐਗਰੀਮੈਂਟ ਨਹੀਂ ਹੁੰਦਾ ਤਾਂ ਜਿਹੜਾ ਕਿਸਾਨ ਲਈ ਇਹ ਮੂਹਰੇ ਬਹੁਤ ਵੱਡੀ ਇੱਕ ਸਮੱਸਿਆ ਖੜ੍ਹ ਜਾਂਦੀ।